ਹੈਲੋ ਫਰੈਂਡਸ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅਨਹਲ ਸੰਧੂ ਕੋਚਿੰਗ ਹੱਬ ਦੇ ਵਿੱਚ। ਮੈਂ ਹਰਪ੍ਰੀਤ, ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਸਵਾਗਤ ਕਰਦੀ ਹਾਂ ਆਪਣੇ ਇਸ ਚੈਨਲ ਦੇ ਵਿੱਚ। ਅੱਜ ਦਾ ਮੈਂ ਟੋਪਿਕ ਲੈ ਕੇ ਆਈ ਹਾਂ ਪਾਰਟ 6 ਆਫ ਇੰਪੋਰਟੈਂਟ ਕੁਐਸਚਨਸ ਆਫ ਚਾਈਲਡ ਡਿਵੈਲਪਮੈਂਟ, ਜਿਹਦੀ ਆਪਣੀ ਇੱਕ ਸੀਰੀਜ਼ ਚੱਲ ਰਹੀ ਹੈ, ਜਿਹਦੇ ਵਿੱਚ 100 ਤੱਕ ਦੇ ਕੁਐਸਚਨਸ ਪਾਰਟ 5 ਤੱਕ ਆਪਾਂ ਕਰ ਚੁੱਕੇ ਹਾਂ। ਅੱਜ ਉਸ ਤੋਂ 101 ਦਾ ਕੁਐਸਚਨ ਸਟਾਰਟ ਕਰਾਂਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਹੀ ਰਿਕੁਐਸਟ ਹੈ ਕਿ ਪਲੀਜ਼ ਵੀਡੀਓ ਫੁੱਲ ਵਾਚ ਕਰੋ, ਨਾਲ ਦੀ ਨਾਲ ਚੈਨਲ ਨੂੰ ਸਭ ਜ਼ਿਆਦਾ ਤੋਂ ਜ਼ਿਆਦਾ ਆਪਣੇ ਫਰੈਂਡਸ ਰਿਲੇਟਿਵ ਦੇ ਵਿੱਚ ਸ਼ੇਅਰ ਕਰੋ, ਤਾਂ ਕਿ ਜੋ ਵੀ ਕੈਂਡੀਡੇਟ ਪੀ ਐਸ ਟੀ ਟੀ ਦੀ ਇਗਜ਼ਾਮ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਬੈਨੀਫਿਟ ਹੋ ਸਕੇ, ਆਪਣਾ ਇਗਜ਼ਾਮ ਕਲੀਅਰ ਕਰ ਪਾਉਣ। ਔਰ ਪਲੀਜ਼ ਨਾਲ ਦੀ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਤੁਹਾਡੀ ਸਬਸਕ੍ਰਿਪਸ਼ਨਸ ਹੀ ਮੇਰੀ ਸਭ ਤੋਂ ਬੜੀ ਮੋਟੀਵੇਸ਼ਨਸ ਹੈ। ਅਗਰ ਤੁਸੀਂ ਮੇਰੇ ਵੀਡੀਓ ਫੁੱਲ ਵਾਚ ਕਰੋਗੇ ਤਾਂ ਹੀ ਮੈਨੂੰ ਮੋਟੀਵੇਟ ਮਿਲਦੀ ਹੈ, ਮੈਨੂੰ ਬਹੁਤ ਅੱਛੇ ਅੱਛੇ ਕਮੈਂਟ ਆਉਂਦੇ ਹਨ ਵਿਊਵਰਸ ਦੇ, ਔਰ ਮੈਂ ਸਾਰਿਆਂ ਦਾ ਹੀ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਔਰ ਪਲੀਜ਼ 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 ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਪਲੀਜ਼ ਵੀਡੀਓ ਫੁੱਲ ਵਾਚ ਕਰਨ ਦੇ ਨਾਲ ਲਾਈਕ ਵੀ ਕਰਿਆ ਕਰੋ ਔਰ ਸ਼ੇਅਰ ਜ਼ਰੂਰ ਕਰਿਆ ਕਰੋ, ਔਰ ਪਲੀਜ਼ ਸਬਸਕ੍ਰਾਈਬ ਤਾਂ ਜ਼ਰੂਰ ਹੀ ਕਰਿਆ ਕਰੋ ਚੈਨਲ ਨੂੰ, ਠੀਕ ਹੈ ਜੀ। ਅੱਜ ਦਾ ਆਪਣਾ ਕੁਐਸਚਨ ਸਟਾਰਟ ਕਰਦੇ ਹਾਂ। 101 ਡਿਵੈਲਪਮੈਂਟ ਸਾਈਕੋਲੋਜੀ ਕਿਸ ਦੀ ਰਚੀ ਪੁਸਤਕ ਹੈ, ਠੀਕ ਹੈ ਜੀ, ਕਿਸ ਦੀ ਰਚੀ ਹੈ, ਕਿਸ ਨੇ, ਕੌਣ ਰਾਈਟਰ ਨੇ ਇਹਦੇ, ਸਿਸਟਰ ਬਾਰਬਰਾ ਜੀ, ਠੀਕ ਹੈ ਜੀ। ਬ੍ਰੇਨ ਸਟਾਰਮਿੰਗ ਵਿਧੀ ਦਾ ਵਿਕਾਸ ਕਿਸ ਨੇ ਕੀਤਾ, ਬ੍ਰੇਨ ਸਟਾਰਮਿੰਗ ਵਿਧੀ ਦਾ ਵਿਕਾਸ ਕਿਸ ਨੇ ਕੀਤਾ ਸੀ 1963 ਈਸਵੀ ਵਿੱਚ ਉਸ ਬਰਨ ਨੇ। ਬ੍ਰੇਨ ਸਟਾਰਮਿੰਗ ਵਿਧੀ ਕੀ ਹੁੰਦੀ ਹੈ ਜੀ, ਕਿ ਜਿਸ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਦੇ ਸਿਰਜਣਾ ਉਹਨਾਂ ਦੇ ਵਿੱਚ ਇੱਕ ਨਵੀਂ ਕ੍ਰੀਏਟਿਵਿਟੀ ਪੈਦਾ ਕਰਨੀ, ਸਿਰਜਣਾਤਮਕਤਾ ਦਾ ਵਿਕਾਸ ਕਰਨਾ, ਉਹਨੂੰ ਬ੍ਰੇਨ ਸਟਾਰਮਿੰਗ, ਬ੍ਰੇਨ ਦਾ ਮਤਲਬ ਆਪਣੇ ਮਾਇੰਡ ਨੂੰ ਸੈੱਟ ਕਰਨਾ ਬੱਚਿਆਂ ਵਿੱਚ, ਇਸ ਤਰ੍ਹਾਂ ਉਸਦਾ ਵਿਕਾਸ ਕਰਨਾ, ਇਹੀ ਬ੍ਰੇਨ ਸਟਾਰਮਿੰਗ ਵਿਧੀ ਹੁੰਦੀ ਹੈ, ਠੀਕ ਹੈ ਜੀ। ਬੱਚਿਆਂ ਵਿੱਚ ਸਿਰਜਣਾਤਮਕਤਾ ਦੇ ਪੋਸ਼ਣ ਲਈ ਅਧਿਆਪਨ ਵਿੱਚ ਖੋਜ ਅਤੇ ਜਾਂਚ ਵਿਧੀਆਂ ਦੀ ਵਰਤੋਂ ਕਿਸ ਵਿਧੀ ਵਿੱਚ ਕੀਤੀ ਜਾਂਦੀ ਹੈ, ਵੀ ਮਤਲਬ ਬੱਚਿਆਂ ਦੇ ਵਿੱਚ ਜਿਹੜਾ ਸਿਰਜਣਾਤਮਕਤਾ ਮਤਲਬ ਉਹਨਾਂ ਵਿੱਚ ਨਵੀਂ ਕ੍ਰੀਏਟਿਵਿਟੀ ਪੈਦਾ ਕਰਨੀ ਆ, ਉਹਦਾ ਪੋਸ਼ਣ ਕੌਣ ਕਰਦਾ ਹੈ ਅਧਿਆਪਕ ਦੇ ਲਈ, ਉਹਦੇ ਵਿੱਚ ਖੋਜ ਅਤੇ ਜਾਂਚ ਵਿਧੀਆਂ ਦੀ ਵਰਤੋਂ ਆ ਜਿਹੜੀ ਉਹ ਕਿਸ ਵਿਧੀ ਵਿੱਚ ਕੀਤੀ ਜਾਂਦੀ ਹੈ, ਉਹ ਬ੍ਰੇਨ ਸਟਾਰਮਿੰਗ ਵਿਧੀ ਹੀ ਦੇ ਵਿੱਚ ਕੀਤੀ ਜਾਂਦੀ ਹੈ ਔਰ ਇਹੀ ਬ੍ਰੇਨ ਸਟਾਰਮਿੰਗ ਵਿਧੀ ਹੁੰਦੀ ਹੈ, ਠੀਕ ਹੈ ਜੀ। ਬਰਨੂਰ ਨੇ ਬੱਚਿਆਂ ਵਿੱਚ ਸਿਰਜਣਾਤਮਕਤਾ ਦੇ ਵਿਕਾਸ ਲਈ ਕਿਸ ਮਾਡਲ ਦਾ ਪ੍ਰਤੀਪਾਦਨ ਕੀਤਾ, ਬਰਨੂਰ ਨੇ ਬੱਚਿਆਂ ਦੇ ਵਿੱਚ ਸਿਰਜਣਾਤਮਕਤਾ ਦੇ ਲਈ ਕਿਸ ਮਾਡਲ ਦਾ ਪ੍ਰਤੀਪਾਦਨ ਕੀਤਾ, ਧਾਰਨਾ ਪ੍ਰਾਪਤੀ ਮਾਡਲ ਦਾ, ਠੀਕ ਹੈ ਜੀ। ਨੈਕਸਟ ਕੁਐਸਚਨ ਇਜ਼ ਆ, ਜੀਵਨ ਵਿੱਚ ਸਫਲਤਾ ਪ੍ਰਾਪਤੀ ਲਈ ਸੰਵੇਗਾਤਮਕ ਬੁੱਧੀ ਕਿੰਨੇ ਪ੍ਰਤੀਸ਼ਤ ਹੋਣੀ ਚਾਹੀਦੀ ਹੈ, ਕਿੰਨੇ ਪ੍ਰਤੀਸ਼ਤ ਸੰਵੇਗਾਤਮਕ ਸਾਡੀਆਂ ਭਾਵਨਾਵਾਂ, ਸਾਡੇ ਸੰਵੇਗ ਨੇ ਜਿਹੜੇ, ਉਸ ਅਗਰ ਅਸੀਂ ਆਪਣੇ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰਨੀ ਆ ਤਾਂ ਉਹ ਸਾਡੇ ਲਈ ਕਿੰਨੇ ਜ਼ਰੂਰੀ ਹੁੰਦੇ ਨੇ, 80%। ਉਹ ਕਹਿੰਦੇ ਹਨ ਕਿ ਵੀ ਮਤਲਬ ਜਦੋਂ ਤੱਕ ਆਪਾਂ ਨੂੰ ਕੋਈ ਕਹਿੰਦੇ ਹਨ ਕਿ ਟੀਚ ਨਹੀਂ ਕਰਦਾ ਕਿ ਅਸੀਂ ਇਹ ਨਹੀਂ ਕਰ ਸਕਦੇ, ਉਦੋਂ ਤੱਕ ਕਹਿੰਦੇ ਕਿ ਹੋ ਸਕਦਾ ਕਿ ਸਾਨੂੰ ਨਹੀਂ ਪਤਾ ਚੱਲਦਾ ਕਿ ਅਸੀਂ ਇਹ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ, ਉਸੇ ਨੂੰ ਵੀ ਮਤਲਬ ਉਹ ਸਾਡੇ ਵਿੱਚ ਇੱਕ ਸੰਵੇਗ ਪੈਦਾ ਹੁੰਦਾ ਹੈ ਕਿ ਹਾਂ, ਭਾਵਨਾ ਪੈਦਾ ਹੁੰਦੀ ਹੈ ਕਿ ਹਾਂ ਮੈਂ ਇਹ ਚੀਜ਼ ਕਰ ਸਕਦੀ ਹਾਂ, ਮਤਲਬ ਉਸ ਦੇ ਵਿੱਚ ਸਾਡੇ ਲਈ ਉਹ ਸਾਡੇ ਵਿੱਚ ਕਿੰਨੀ ਪ੍ਰਤੀਸ਼ਤ ਹੁੰਦੀ ਹੈ, 80%, ਠੀਕ ਹੈ ਜੀ। ਡੇਨੀਅਲ ਗੋਲਮੈਨ ਨੇ ਕਿਸ ਪੁਸਤਕ ਦੀ ਰਚਨਾ ਕੀਤੀ, ਡੇਨੀਅਲ ਗੋਲਮੈਨ ਨੇ ਕਿਸ ਪੁਸਤਕ ਦੀ ਰਚਨਾ ਕੀਤੀ, ਇਮੋਸ਼ਨਲ ਇੰਟੈਲੀਜੈਂਸ, ਵਾਈ ਇਟ ਮੈਟਰ ਮੋਰ ਦੈਨ ਆਈ ਕਿਊ, ਠੀਕ ਹੈ ਜੀ, ਵਾਈ ਇਟ ਮੈਟਰ ਮੋਰ ਦੈਨ ਆਈ ਕਿਊ, ਇਮੋਸ਼ਨਲ ਇੰਟੈਲੀਜੈਂਸ ਦੀ ਡੇਨੀਅਲ ਗੋਲਮੈਨ ਨੇ ਇਸ ਪੁਸਤਕ ਦੀ ਰਚਨਾ ਕੀਤੀ, ਠੀਕ ਹੈ ਜੀ। ਨੈਕਸਟ ਕੁਐਸਚਨ ਆ, ਸੰਵੇਗਾਤਮਕ ਬੁੱਧੀ ਕਿਸ ਨਾਲ ਸੰਬੰਧਿਤ ਹੈ, ਕਿਸ ਨਾਲ ਸੰਬੰਧਿਤ ਹੈ, ਸਮਾਜਿਕ ਬੁੱਧੀ ਨਾਲ, ਠੀਕ ਹੈ ਜੀ। ਨੈਕਸਟ, ਸੰਵੇਗਾਤਮਕ ਬੁੱਧੀ ਦਾ ਨਿਕਾਸ ਸਮਾਜਿਕ ਬੁੱਧੀ ਤੋਂ ਹੋਇਆ ਹੈ, ਇਹ ਕਿਸ ਦੁਆਰਾ ਪ੍ਰਤੀਪਾਦਿਤ ਕੀਤਾ, ਸੰਵੇਗਾਤਮਕ ਬੁੱਧੀ ਦਾ ਨਿਕਾਸ ਆ ਜਿਹੜਾ ਉਹ ਕਿਸ ਬੁੱਧੀ ਤੋਂ ਹੋਇਆ, ਸਮਾਜਿਕ ਬੁੱਧੀ ਤੋਂ ਹੋਇਆ, ਅਤੇ ਇਹ ਕਿਸ ਦੁਆਰਾ ਪ੍ਰਤੀਪਾਦਿਤ ਕੀਤਾ ਗਿਆ, ਠੀਕ ਹੈ ਜੀ, ਇਹ ਕਿਸ ਦੇ ਦੁਆਰਾ ਪ੍ਰਤੀਪਾਦਿਤ ਕੀਤਾ ਗਿਆ, ਥੋਰਨਡਾਈਕ ਦੁਆਰਾ। ਥੋਰਨਡਾਈਕ ਨੇ ਬੁੱਧੀ ਨੂੰ ਕਿੰਨੀਆਂ ਕਿਸਮਾਂ ਦੇ ਵਿੱਚ ਵੰਡਿਆ ਹੈ, 3 ਕਿਸਮਾਂ ਦੇ ਵਿੱਚ, ਮੂਰਤ, ਅਮੂਰਤ ਔਰ ਸਮਾਜਿਕ ਬੁੱਧੀ, ਠੀਕ ਹੈ ਜੀ। ਸੰਵੇਗਾਤਮਕ ਬੁੱਧੀ ਸਮਾਜਿਕ ਬੁੱਧੀ ਨਾਲ ਸੰਬੰਧਿਤ ਹੈ, ਸਭ ਤੋਂ ਪਹਿਲਾਂ ਇਸ ਸੰਕਲਪ ਦਾ ਪ੍ਰਯੋਗ ਕਿਸਨੇ ਕੀਤਾ ਸੀ, ਸੰਵੇਗਾਤਮਕ ਬੁੱਧੀ ਹੈ ਜਿਹੜੀ ਉਹ ਸਮਾਜਿਕ ਬੁੱਧੀ ਨਾਲ ਸੰਬੰਧਿਤ ਹੈ, ਇਸ ਸੰਕਲਪ ਦਾ ਪ੍ਰਯੋਗ ਸਭ ਤੋਂ ਪਹਿਲਾਂ ਕਿਸਨੇ ਕੀਤਾ ਸੀ, ਪੀਟਰ ਸਲੋਵੀ ਨੇ, ਪੀਟਰ ਸਲੋਵੀ ਅਤੇ ਜੌਨ ਮੇਅਰ ਨੇ, ਠੀਕ ਹੈ ਜੀ। ਐਸ ਓ ਆਈ ਦੀ ਫੁੱਲ ਫਾਰਮ ਕੀ ਆ, ਸਟਰਕਚਰਸ ਆਫ ਇੰਟੈਲੀਜੈਂਟ, ਸਟਰਕਚਰਸ ਆਫ ਇੰਟੈਲੀਜੈਂਸ, ਸਟਰਕਚਰਸ ਆਫ ਇੰਟੈਲੀਜੈਂਸ, ਠੀਕ ਹੈ ਜੀ। ਐਸ ਓ ਆਈ ਦਾ ਇਹ ਸਿਧਾਂਤ ਕਿਸ ਨੇ ਪੇਸ਼ ਕੀਤਾ, ਗਿਲਫੋਰਡ ਨੇ, ਠੀਕ ਹੈ ਜੀ। ਐਸ ਓ ਆਈ ਦਾ ਇਹ ਸਿਧਾਂਤ ਕਿਸਨੇ ਪੇਸ਼ ਕੀਤਾ, ਗਿਲਫੋਰਡ ਨੇ। ਗਿਲਫੋਰਡ ਅਨੁਸਾਰ ਬੁੱਧੀ ਮਾਨਸਿਕ ਯੋਗਤਾਵਾਂ ਦੇ ਘੱਟੋ ਘੱਟ ਕਿੰਨੇ ਆਯਾਮਾਂ ਤੋਂ ਬਣੀ ਹੈ, ਠੀਕ ਹੈ ਜੀ, ਕਿੰਨੇ ਆਯਾਮਾਂ ਤੋਂ ਬਣੀ ਹੈ, 3 ਆਯਾਮਾਂ ਤੋਂ, ਕਿਰਿਆਵਾਂ, ਵਿਸ਼ਾ ਵਸਤੂ ਔਰ ਉਦਾਪਨ ਤੋਂ, ਠੀਕ ਹੈ ਜੀ। ਬੁਨਿਆਦੀ ਮਾਨਸਿਕ ਯੋਗਤਾ ਦਾ ਪ੍ਰਯੋਗ ਕਿਸਨੇ ਕੀਤਾ,
ਕਿਸਨੇ ਕੀਤਾ ਜੀ? ਬੁਨਿਆਦੀ ਮਾਨਸਿਕ ਯੋਗਤਾ ਦਾ ਪ੍ਰਯੋਗ ਆ ਜਿਹੜਾ ਉਹ ਥਰਸਟਨ ਨੇ ਕੀਤਾ। ਇਹ ਕਿਹਨਾਂ ਨੇ ਕਿਹਾ ਹੈ ਕਿ ਸਧਾਰਨ ਬੁੱਧੀ ਜਿਹੀ ਕੋਈ ਚੀਜ਼ ਨਹੀਂ ਹੁੰਦੀ? ਕਿਸਨੇ ਕਿਹਾ ਸੀ ਕਿ ਸਧਾਰਨ ਬੁੱਧੀ ਵਰਗੀ ਕੋਈ ਚੀਜ਼ ਨਹੀਂ ਹੁੰਦੀ? ਥੋਰਨਡਾਈਕ ਨੇ। ਥੋਰਨਡਾਈਕ ਅਨੁਸਾਰ ਬੁੱਧੀ ਦੀਆਂ ਵਿਸ਼ੇਸ਼ਤਾਵਾਂ ਜਾਂ ਗੁਣ ਕਿਹੜੇ ਹੁੰਦੇ ਨੇ? ਚਾਰ ਹੁੰਦੇ ਨੇ ਜੀ, ਪੱਧਰ, ਵਿਸਤਾਰ, ਖੇਤਰ ਔਰ ਗਤੀ। ਥੋਰਨਡਾਈਕ ਅਨੁਸਾਰ ਬੁੱਧੀ ਦੀਆਂ ਵਿਸ਼ੇਸ਼ਤਾਵਾਂ ਜਾਂ ਗੁਣ ਕਿਹੜੇ ਨੇ? ਚਾਰ, ਪੱਧਰ, ਵਿਸਤਾਰ, ਖੇਤਰ ਔਰ ਗਤੀ। ਕੌਸ਼ਲ ਯੁਕਤ ਕਿੱਤਿਆਂ ਅਤੇ ਉਪਕਰਨਾਂ ਜਿਹੀਆਂ ਚੀਜ਼ਾਂ ਨਾਲ ਵਿਵਹਾਰ ਕਰਨ ਦੀ ਯੋਗਤਾ ਕਿਸ ਵਿੱਚ ਨਿਹਿਤ ਹੁੰਦੀ ਹੈ? ਕਿਹੜੀ ਬੁੱਧੀ ਵਿੱਚ ਹੁੰਦੀ ਹੈ ਜੀ? ਉਹ ਮੂਰਤ ਬੁੱਧੀ ਦੇ ਵਿੱਚ। ਕੌਸ਼ਲ ਯੁਕਤ ਕਿੱਤਿਆਂ ਅਤੇ ਉਪਕਰਨਾਂ ਜਿਹੀਆਂ ਚੀਜ਼ਾਂ ਨਾਲ ਵਿਵਹਾਰ ਕਰਨ ਦੀ ਯੋਗਤਾ ਕਿਸ ਬੁੱਧੀ ਵਿੱਚ ਨਿਹਿਤ ਹੁੰਦੀ ਹੈ? ਮੂਰਤ ਬੁੱਧੀ ਦੇ ਵਿੱਚ। ਠੀਕ ਹੈ ਜੀ, ਨੈਕਸਟ ਕੁਸ਼ਚਨ ਇਜ਼ ਆ ਪ੍ਰਤੀਕਾਂ, ਸੰਬੰਧਾਂ, ਅੰਕਾਂ, ਸੂਤਰਾਂ ਅਤੇ ਰੇਖਾ ਚਿੰਤਰਾਂ ਦੇ ਰੂਪ ਵਿੱਚ ਪੇਸ਼ ਕੀਤੀਆਂ ਗਈਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਯੋਗਤਾ ਕਿਸ ਬੁੱਧੀ ਵਿੱਚ ਨਿਹਿਤ ਹੈ? ਅਮੂਰਤ ਬੁੱਧੀ ਵਿੱਚ। ਥਰਸਟਨ ਦੇ ਸਿਧਾਂਤ ਅਨੁਸਾਰ ਬੁੱਧੀ ਕਿੰਨੀਆਂ ਪ੍ਰਧਾਨ ਮਾਨਸਿਕ ਯੋਗਤਾਵਾਂ ਤੋਂ ਮਿਲ ਕੇ ਬਣੀ ਹੈ? ਨੌਂ ਤੋਂ। ਕੈਲੇ ਅਨੁਸਾਰ ਬੁੱਧੀਆਂ ਕਿੰਨੀਆਂ ਮਾਨਸਿਕ ਯੋਗਤਾਵਾਂ ਤੋਂ ਬਣੀਆਂ ਹੈ? ਪੰਜ। ਕੈਲੇ ਅਨੁਸਾਰ ਬੁੱਧੀ ਵਿੱਚ ਕਿੰਨੀਆਂ ਮਾਨਸਿਕ ਯੋਗਤਾਵਾਂ ਹੁੰਦੀਆਂ ਨੇ? ਪੰਜ। ਬੁੱਧੀ ਦਾ ਇਕਾਈ ਸਿਧਾਂਤ ਕਿਸ ਦੀ ਦੇਣ ਹੈ? ਇਕਾਈ ਸਿਧਾਂਤ ਕਿਸਨੇ ਦਿੱਤਾ ਸੀ? ਜੌਨਸਨ ਅਤੇ ਸਟਰ ਨੇ। ਬੁੱਧੀ ਦਾ ਅਧਿਆਪਨ ਕਿੰਨਾ ਸਮੱਸਿਆਵਾਂ ਨਾਲ ਸੰਬੰਧਿਤ ਹੈ? ਬੁੱਧੀ ਦਾ ਸਰੂਪ ਅਤੇ ਬੁੱਧੀ ਦਾ ਮਾਪ। ਜੀਵਨ ਦੀ ਹਰ ਕਿਰਿਆ ਕਿਸ ਦੀ ਉਪਜ ਹੁੰਦੀ ਹੈ? ਜਦ ਅਤੇ ਵਾਤਾਵਰਣ ਦੀ। ਜੀਵਨ ਦੇ ਵਿੱਚ ਸਾਡੀ ਜਿਹੜੀਆਂ ਵੀ ਅਸੀਂ ਕਿਰਿਆਵਾਂ ਕਰਦੇ ਹਾਂ ਕਿਸ ਦੀ ਉਪਜ ਹੁੰਦੀ ਹੈ? ਸਾਡੇ ਜਦ ਮਤਲਬ ਸਾਡੇ ਵੰਸ਼ ਦੀ ਔਰ ਵਾਤਾਵਰਣ ਦੀ। ਜਦ ਦੀ ਪ੍ਰਕਿਰਿਆ ਵਿੱਚ ਡਾਰਵਿਨ ਦੇ ਸਿਧਾਂਤ ਨੂੰ ਕੀ ਕਿਹਾ ਜਾਂਦਾ ਹੈ? ਕੁਦਰਤੀ ਚੋਣ ਦਾ ਸਿਧਾਂਤ। ਲੇਮਾਰਕ ਦੇ ਸਿਧਾਂਤ ਦਾ ਹੋਰ ਨਾਂ ਕੀ ਹੈ? ਵਿਕਾਸ ਦਾ ਸਿਧਾਂਤ, ਜਿਹੜੇ ਕਿ ਜਦ ਔਰ ਵਾਤਾਵਰਣ ਦੇ ਨਾਲ ਹੀ ਸੰਬੰਧਿਤ ਨੇ। ਜਦ ਦੀ ਪ੍ਰਕਿਰਿਆ ਵਿੱਚ ਡਾਰਵਿਨ ਦਾ ਸਿਧਾਂਤ ਵੀ ਹੈ ਜਿਹੜਾ ਕੁਦਰਤੀ ਚੋਣ ਦਾ ਸਿਧਾਂਤ ਹੈ, ਔਰ ਲੇਮਾਰਕ ਦਾ ਸਿਧਾਂਤ ਹੈ ਜਿਹੜਾ ਵਿਕਾਸ ਦਾ ਸਿਧਾਂਤ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਕਿਹਦੇ ਨੇ? ਜਦ ਅਤੇ ਵਾਤਾਵਰਣ ਦੇ। ਠੀਕ ਹੈ ਜੀ, ਇਹ ਸੀਗਾ ਅੱਜ ਦਾ ਆਪਣਾ ਟੋਪਿਕ। ਅਗਰ ਤੁਹਾਨੂੰ ਅੱਜ ਦਾ ਮੇਰਾ ਟੋਪਿਕ ਅੱਛਾ ਲੱਗਿਆ ਤਾਂ ਪਲੀਜ਼ ਲਾਈਕ ਕਰੋ, ਸ਼ੇਅਰ ਕਰੋ ਔਰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਓਕੇ ਜੀ, ਥੈਂਕ ਯੂ ਜੀ।